ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਗੁਰੂ ਸਵਾਰੀ, ਸਨਮਾਨਯੋਗ ਸਾਧ ਜੀਓ, ਅੱਜ ਦਾਸ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਨਾਨਕ ਸਿੰਘ ਹੋਣਾ ਦੇ ਜੀਵਨ ਦਰਸ਼ਨਾਂ ਦੇ ਉੱਤੇ ਇੱਕ ਲੜੀਵਾਰ ਜੋ ਕਥਾ ਪ੍ਰਸੰਗ ਹੈ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰ ਰਿਹਾ ਹੈਗਾ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮੁਲਾਏ। ਸੋ ਇਹ ਹੈ ਮਹਾਂਪੁਰਖਾਂ ਦੀ ਪਹਿਲੀ ਨਿਸ਼ਾਨੀ ਕਿ ਮਹਾਂਪੁਰਖ ਜਨਮ ਮਰਨ ਤੋਂ ਪਰੇ ਹੁੰਦੇ ਆ, ਪਰ ਕਿਸੇ ਖਾਸ ਹੁਕਮ ਦੇ ਕਰਕੇ ਇਹ ਸੰਸਾਰੀ ਲੋਕਾਂ ਨੂੰ ਤਾਰਨ ਵਾਸਤੇ ਮਹਾਂਪੁਰਖ ਸਮੇਂ ਸਮੇਂ 'ਤੇ ਅਵਤਾਰ ਲੈਂਦੇ ਆ। ਅਤੇ ਇਹਨਾਂ ਮਹਾਂਪੁਰਖਾਂ ਦੇ ਵਿੱਚੋਂ ਸੰਤ ਬਾਬਾ ਆਨੰਦ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਪੁਰਖ, ਜਿਨ੍ਹਾਂ ਦੇ ਜੀਵਨ ਨੂੰ ਹਰੇਕ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸੁਣਦੀਆਂ ਹੈਗੀਆਂ ਅਤੇ ਮਹਾਂਪੁਰਖਾਂ ਦੇ ਵਿੱਚ ਅਟੁੱਟ ਸ਼ਰਧਾ ਰੱਖਦੀਆਂ ਹੈ। ਸੋ ਬਾਬਾ ਆਨੰਦ ਸਿੰਘ ਹੋਣਾ ਦਾ ਜਿਹੜਾ ਜਨਮ ਆ ਨਾ, ਇਹ 13 ਕੱਤਕ ਸੰਮਤ 1927 ਪੂਰਨਮਾਸ਼ੀ ਅੰਮ੍ਰਿਤ ਵੇਲੇ ਦੇ ਤਕਰੀਬਨ 3 ਵਜੇ ਸਰਦਾਰ ਜੈ ਸਿੰਘ ਅਤੇ ਮਾਤਾ ਸਦਾ ਕੌਰ ਜੀ ਦੇ ਘਰ ਹੋਇਆ ਸੀਗਾ। ਸੋ ਜਦੋਂ ਮਹਾਂਪੁਰਖਾਂ ਦਾ ਪ੍ਰਕਾਸ਼ ਹੋਇਆ ਅਤੇ ਇਹਨਾਂ ਦੇ ਚਿਹਰੇ ਦਾ ਨੂਰ ਦੇਖ ਕੇ ਹੈ ਨਾ, ਘਰਦਿਆਂ ਨੇ ਪਹਿਲਾਂ ਹੀ ਅੰਦਾਜ਼ਾ ਲਾ ਲਿਆ ਕਿ ਇਹ ਜਿਹੜੀ ਕੋਈ ਬੱਚਾ ਸਾਡੇ ਘਰ ਆਇਆ ਹੈ ਕੋਈ ਸਧਾਰਨ ਨਹੀਂ ਹੈਗਾ। ਪਰ ਫਿਰ ਵੀ ਇਹਨਾਂ ਦੇ ਪਿਤਾ ਜੀ ਨੇ ਹੈ ਨਾ ਜਾ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ ਕੀਤਾ ਸੀ, ਗੁਰਦੁਆਰੇ ਸਾਹਿਬ ਮੱਥਾ ਟੇਕਿਆ ਸੀਗਾ। ਸੋ ਸਮਾਂ ਜਿਹੜਾ ਹੈ ਨਾ ਜਦੋਂ ਥੋੜ੍ਹਾ ਜਿਹਾ ਲੰਘਿਆ ਹੈਗਾ ਅਤੇ ਮਹਾਂਪੁਰਖਾਂ ਦਾ ਜਿਹੜਾ ਹੈ ਨਾ ਸਰੀਰ ਸੀਗਾ ਥੋੜ੍ਹਾ ਕਮਜ਼ੋਰ ਸੀਗਾ, ਅਤੇ ਤਕਰੀਬਨ 6 ਕੁ ਮਹੀਨੇ ਬਾਅਦ ਮਹਾਂਪੁਰਖਾਂ ਦੇ ਜਨਮ ਤੋਂ ਇੱਕ ਵਾਰ ਹੈ ਨਾ ਪਿੰਡ ਦੇ ਵਿੱਚ ਚੌਂਕੀਦਾਰ ਹੋਕਾ ਦੇਵੇ ਕਿ ਜਿਹੜੇ ਹੈ ਨਾ ਚੇਚਕ ਦੇ ਟੀਕੇ ਲਾਉਣ ਵਾਲੇ ਡਾਕਟਰ ਉਹ ਸਕੂਲ ਦੇ ਵਿੱਚ ਆਇਓ ਆ, ਅਤੇ ਸਾਰੇ ਬੱਚੇ ਜਿੰਨੇ ਵੀ ਆ ਜਿਹੜੇ ਨਵ ਜੰਮੇ ਆ ਉਹਨਾਂ ਦੇ ਟੀਕੇ ਲੱਗਣਗੇ। ਸੋ ਚੌਂਕੀਦਾਰ ਨੂੰ ਪਤਾ ਸੀਗਾ ਕਿ ਸਰਦਾਰ ਜੈ ਸਿੰਘ ਦੇ ਘਰ ਵੀ ਹੈ ਨਾ ਇੱਕ ਬੱਚਾ ਨਵਾਂ ਜਿਹੜਾ ਹੈਗਾ ਉਹ ਜਨਮਿਆ ਹੈਗਾ ਅਤੇ ਜਿਹਦੀ ਉਮਰ ਤਕਰੀਬਨ 6 ਕੁ ਮਹੀਨੇ ਹੈ। ਉਹ ਕਹਿਣ ਵਾਸਤੇ ਇਹਨਾਂ ਦੇ ਘਰ ਚਲੇ ਗਿਆ, ਪਰ ਇਹਨਾਂ ਦੇ ਮਾਤਾ ਜੀ ਸਦਾ ਕੌਰ ਜੀ ਨੇ ਉਸ ਚੌਂਕੀਦਾਰ ਨੂੰ ਆਖਿਆ ਕਿ ਬੱਚਾ ਥੋੜ੍ਹਾ ਕਮਜ਼ੋਰ ਹੈ, ਇਸ ਕਰਕੇ ਅਸੀਂ ਇਹ ਹੈ ਨਾ ਜੋ ਲੋਦੇ ਦੇ ਟੀਕੇ ਆ ਚੇਚਕ ਦੇ ਇਹ ਨਹੀਂ ਲਵਾਉਣੇ ਹੈ। ਪਰ ਚੌਂਕੀਦਾਰ ਫਿਰ ਵੀ ਮੱਲੋ ਮੱਲੀ ਮਹਾਂਪੁਰਖਾਂ ਨੂੰ ਜਿਹੜਾ ਸੀ ਉਹ ਡਾਕਟਰਾਂ ਦੇ ਪਾਸ ਲੈ ਗਿਆ, ਜਦ ਡਾਕਟਰਾਂ ਦੇ ਪਾਸ ਲੈ ਗਿਆ ਤਾਂ ਇਹਨਾਂ ਦੀ ਮਾਤਾ ਜਿਹੜੀ ਸਦਾ ਕੌਰ ਸੀ ਉਹਨੇ ਪਿੰਡ ਦੇ ਲੰਬੜਦਾਰ ਨੂੰ ਭੇਜਿਆ ਪਿੱਛੇ ਕਿ ਜਾਓ ਜਿਹੜਾ ਚੌਂਕੀਦਾਰ ਆ ਉਹ ਮਹਾਂਪੁਰਖਾਂ ਨੂੰ ਜਿਹੜਾ ਹੈ ਨਾ ਉਹ ਮੱਲੋ ਮੱਲੀ ਚੇਚਕ ਦਾ ਟੀਕਾ ਲਵਾਉਣ ਵਾਸਤੇ ਸਕੂਲ 'ਚ ਲੈ ਗਿਆ ਹੈਗਾ ਅਤੇ ਤੁਸੀਂ ਜਾ ਕੇ ਉਹਨਾਂ ਨੂੰ ਥੋੜ੍ਹਾ ਰੋਕੋ। ਖੈਰ ਜਦ ਲੰਬੜਦਾਰ ਗਿਆ ਅਤੇ ਇੱਧਰ ਚੌਂਕੀਦਾਰ ਨੇ ਜਦੋਂ ਡਾਕਟਰਾਂ ਦੇ ਅੱਗੇ ਮਹਾਂਪੁਰਖਾਂ ਨੂੰ ਪਾਤਾ ਲੰਬਾ, ਅਤੇ ਡਾਕਟਰ ਹਜੇ ਟੀਕਾ ਲਾਉਣ ਦੀ ਤਿਆਰੀ ਹੀ ਕਰ ਰਹੇ ਸਨ ਅਤੇ ਉੱਧਰੋਂ ਲੰਬੜਦਾਰ ਆਇਆ। ਲੰਬੜਦਾਰ ਨੇ ਕਿਹਾ ਵੀ ਜਦੋਂ ਇਹਨਾਂ ਦੀ ਮਾਤਾ ਨੇ ਤੁਹਾਨੂੰ ਕਹਿਤਾ ਹੈਗਾ ਕਿ ਬੱਚਾ ਕਮਜ਼ੋਰ ਆ, ਫਿਰ ਤੁਸੀਂ ਇਹਦਾ ਟੀਕਾ ਕਿਉਂ ਲਾਉਂਦੇ ਹੋ? ਪਰ ਡਾਕਟਰ ਕਹਿਣ ਲੱਗੇ ਕਿ ਸਾਨੂੰ ਸਰਕਾਰੀ ਹੁਕਮ ਹੈਗਾ, ਟੀਕਾ ਲਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਲੰਬੜਦਾਰ ਕਹਿਣ ਲੱਗਾ ਕਿ ਬੱਚਾ ਜ਼ਿਆਦਾ ਕਮਜ਼ੋਰ ਹੈ, ਇਸ ਕਰਕੇ ਅਸੀਂ ਤੁਹਾਨੂੰ ਕਹਿ ਰਹੇ ਹਾਂ। ਪਰ ਲੰਬੜਦਾਰ ਦੇ ਕਹਿਣ 'ਤੇ ਵੀ ਜਦ ਡਾਕਟਰ ਟੀਕਾ ਲਾਉਣ ਲੱਗਾ ਤਾਂ ਕਿਸੇ ਗੁਪਤ ਸ਼ਕਤੀ ਨੇ ਡਾਕਟਰ ਦੀ ਬਾਂਹ ਫੜ ਲਈ। ਜਦ ਬਾਂਹ ਫੜ ਲਈ ਤਾਂ ਡਾਕਟਰ ਜਿਹੜਾ ਸੀਗਾ ਉਹ ਹੱਕਾ ਬੱਕਾ ਹੋ ਗਿਆ ਕਿ ਮੇਰੇ ਹੱਥ ਨੂੰ ਕੀ ਹੋਇਆ ਹੈ। ਖੈਰ ਜਦੋਂ ਫਿਰ ਵੀ ਉਹ ਜ਼ੋਰ ਲਾ ਕੇ ਟੀਕਾ ਜਿਹੜਾ ਹੈਗਾ ਉਹ ਲਾਉਣ ਦਾ ਯਤਨ ਕਰੇ, ਜਦ ਆਪਣੀ ਬਾਂਹ ਨਾ ਚੱਲਦੀ ਦੇਖ ਕੇ ਉਹਨੂੰ ਸਮਝ ਕੋਈ ਨਾ ਆਵੇ, ਪਰ ਉਸੇ ਟਾਈਮ ਕਿਸੇ ਗੁਪਤ ਸ਼ਕਤੀ ਨੇ ਡਾਕਟਰ ਨੂੰ ਜਿਹੜਾ ਸੀ ਉਹ ਕੁਰਸੀਓਂ ਥੱਲੇ ਦੂਰ ਭੁਆ ਕੇ ਮਾਰਿਆ। ਜਦ ਭੁਆ ਕੇ ਮਾਰਿਆ ਤਾਂ ਡਾਕਟਰ ਹੱਕਾ ਬੱਕਾ ਹੋ ਗਿਆ ਕਿ ਮੈਨੂੰ ਧੱਕਾ ਕਿਹਨੇ ਦਿੱਤਾ ਹੈਗਾ। ਜਦ ਡਾਕਟਰ ਨੇ ਆਲਾ ਦੁਆਲਾ ਦੇਖਿਆ ਉਸ ਨੂੰ ਕੋਈ ਸਮਝ ਨਹੀਂ ਆਈ, ਪਰ ਉਸੇ ਟਾਈਮ ਹੀ ਪ੍ਰਥਕ ਸ਼ਹੀਦ ਸਿੰਘਾਂ ਨੇ ਡਾਕਟਰ ਨੂੰ ਦਰਸ਼ਨ ਦਿੱਤੇ। ਜਦੋਂ ਦਿਖਾਈ ਦਿੱਤੀ ਤਾਂ ਡਾਕਟਰ ਦੇਖ ਕੇ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਸ਼ਹੀਦ ਸਿੰਘਾਂ ਨੇ ਜੋ ਫਰਮਾਨ ਡਾਕਟਰ ਨੂੰ ਫਰਮਾਇਆ ਉਹ ਕਹਿਣ ਲੱਗੇ ਕਿ ਜਦ ਇਹਨਾਂ ਦੀ ਮਾਤਾ ਨੇ ਤੁਹਾਨੂੰ ਰੋਕਿਆ ਸੀ ਕਿ ਤੁਸੀਂ ਟੀਕਾ ਨਹੀਂ ਲਓ, ਫਿਰ ਤੁਸੀਂ ਕੌਣ ਹੁੰਦੇ ਹੋ ਟੀਕਾ ਲਾਉਣ ਵਾਲੇ? ਅਤੇ ਡਾਕਟਰ ਘਬਰਾ ਕੇ ਜਿਹੜਾ ਸੀ ਉਹ ਕੰਬਣ ਲੱਗ ਪਿਆ ਸੀਗਾ। ਫਿਰ ਲੰਬੜਦਾਰ ਨੂੰ ਕਹਿਣ ਲੱਗਾ ਕਿ ਇਸ ਬੱਚੇ ਨੂੰ ਮੈਂ ਟੀਕਾ ਨਹੀਂ ਲਾ ਸਕਦਾ, ਤੁਸੀਂ ਇਹਨੂੰ ਜਲਦੀ ਦੇ ਨਾਲ ਇਹਨਾਂ ਦੇ ਮਾਤਾ ਪਿਤਾ ਪਾਸ ਲੈ ਜਾਓ। ਫਿਰ ਲੰਬੜ ਜਿਹੜਾ ਸੀ ਉਹ ਮਹਾਂਪੁਰਖ ਜਦੋਂ 6 ਮਹੀਨੇ ਦੇ ਸੀਗੇ ਫਿਰ ਇਹਨਾਂ ਨੂੰ ਘਰ ਲੈ ਗਿਆ ਸੀਗਾ। ਖੈਰ ਇਹਨਾਂ ਦੀ ਮਾਤਾ ਜਿਹੜੇ ਸੀਗੇ ਬੀਬੀ ਸਦਾ ਕੌਰ ਜੀ, ਇਹ ਜਨਮ ਸਾਖੀਆਂ ਦੇ ਮਹਾਂਪੁਰਖਾਂ ਦੀਆਂ
ਔਰ ਦਸਾਂ ਗੁਰੂਆਂ ਦੀਆਂ ਬੜੇ ਪ੍ਰੇਮ ਨਾਲ ਪੜ੍ਹਦੇ ਹੁੰਦੇ ਸੀਗੇ ਅਤੇ ਮਹਾਂਪੁਰਖ ਬਾਬਾ ਨਰਸਿੰਘ ਸਿੰਘ ਹੁਣੀ ਕੋਲ ਬੈਠ ਕੇ ਮਾਤਾ ਜੀ ਦੇ ਸਾਰੀਆਂ ਜਨਮ ਸਾਖੀਆਂ ਸੁਣਦੇ ਹੁੰਦੇ ਸੀਗੇ। ਇਸ ਕਰਕੇ ਇਹ ਸੰਤ ਬਾਬਾ ਨਰਸਿੰਘ ਸਿੰਘ ਹੁਣਾਂ ਦੇ ਜੋ ਬੁੱਧੀ ਸੀ ਉਹਦੇ ਉੱਤੇ ਜਨਮ ਸਾਖੀਆਂ ਦਾ ਇੰਨਾ ਪ੍ਰਭਾਵ ਪਿਆ ਕਿ ਮਹਾਂਪੁਰਖਾਂ ਦਾ ਜਿਹੜਾ ਸੀ ਲਿਬ ਸੀ ਉਹ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਜੁੜ ਗਈ ਸੀਗੀ। ਸੋ ਇਸ ਕਰਕੇ ਮਹਾਂਪੁਰਖ ਜਦੋਂ ਵੀ ਕਦੀ ਟਾਈਮ ਮਿਲਦਾ ਅਤੇ ਆਪਣੀ ਮਾਤਾ ਦੇ ਕਹੇ ਦੇ ਉੱਤੇ ਨਾਲੇ ਤਾਂ ਜਨਮ ਸਾਖੀਆਂ ਸੁਣਦੇ ਨਾਲੇ ਧੰਨ ਗੁਰੂ ਨਾਨਕ ਸਾਹਿਬ ਦਾ ਜਾਪ ਕਰਦੇ ਰਹਿੰਦੇ। ਖੈਰ ਜਿਉਂ ਜਿਉਂ ਫਿਰ ਸੰਤ ਜਿਹੜੇ ਸੀ ਉਹ ਜਵਾਨੀ ਦੇ ਵਿੱਚ ਆਏ ਆ ਅਤੇ ਹੁਣ ਘਰਦਿਆਂ ਨੇ ਹੁੰਦਾ ਕਿ ਜਦੋਂ ਬੱਚਾ ਜਵਾਨ ਹੋਵੇ ਥੋੜ੍ਹਾ ਬਹੁਤਾ ਇਹਨਾਂ ਤੋਂ ਕਾਰਜ ਕਰਾਈਏ। ਪਰ ਇੱਕ ਵਾਰ ਪਹਿਲੀ ਵਾਰ ਜਦੋਂ ਸੰਤ ਬਾਬਾ ਨਰਸਿੰਘ ਸਿੰਘ ਹੁਣਾਂ ਨੂੰ ਪਹਿਲਾਂ ਕਿਰਸਾਨੀ ਦਾ ਕੰਮ ਸੌਂਪਿਆ ਗਿਆ, ਪਰ ਜਦੋਂ ਕਿਰਸਾਨੀ ਦਾ ਕੰਮ ਜਿਹੜਾ ਸੀਗਾ ਇਹ ਕਰਨ ਗਏ ਤਾਂ ਇਹ ਜਦੋਂ ਹਲ ਲੈ ਕੇ ਬੋਲਦਾਂ ਨੂੰ ਖੇਤ ਦੇ ਵਿੱਚ ਵਾਹੁਣ ਲੱਗ ਪਏ। ਜਦ ਅੱਗੇ ਗਏ ਅੱਗੇ ਜਾ ਕੇ ਸੰਤਾਂ ਨੇ ਜਿਹੜਾ ਸੀਗਾ ਜਦੋਂ ਉੱਧਰੋਂ ਮੁੜ ਕੇ ਆਉਣਾ ਸੀਗਾ ਉੱਥੇ ਹੀ ਬੋਲਦ ਡੱਕ ਦਿੱਤੇ। ਪਰ ਜਦੋਂ ਨਾਲ ਦੇ ਨੇ ਪੁੱਛਿਆ ਕਿ ਭਾਈ ਕੀ ਗੱਲ ਤੁਸੀਂ ਇੱਥੇ ਬੋਲ ਡੱਕ ਦਿੱਤੇ, ਤਾਂ ਮਹਾਂਪੁਰਖ ਕਹਿਣ ਲੱਗੇ ਕਿ ਆਹ ਸਾਹਮਣੇ ਕੀ ਹੈ, ਇੱਧਰ ਨਿਸ਼ਾਨ ਸਾਹਿਬ ਹੈ, ਗੁਰਦੁਆਰਾ ਸਾਹਿਬ ਹੈ, ਅਗਰ ਮੈਂ ਬੋਲਦ ਇੱਧਰ ਲੈ ਕੇ ਆਵਾਂਗਾ ਤਾਂ ਇੱਧਰ ਮੇਰੀ ਪਿੱਠ ਹੋ ਜਾਏਗੀ। ਇਸ ਕਰਕੇ ਘਰਦਿਆਂ ਨੇ ਸਮਝਿਆ ਹੈ ਕਿ ਇਹ ਬਾਬਾ ਨਰਸਿੰਘ ਸਿੰਘ ਹੁਣੀ ਜਿਹੜੇ ਸੀਗੇ ਜਦੋਂ ਜਵਾਨੀ 'ਚ ਸੀਗੇ ਕਿ ਇਸ ਤਰ੍ਹਾਂ ਇਹਨਾਂ ਦੇ ਮਨ ਵਿੱਚ ਗੁਰੂ ਘਰ ਦਾ ਇੰਨਾ ਸਤਿਕਾਰ ਹੈ, ਪਰ ਇਹ ਕਹਿੰਦੇ ਆ ਕਿ ਅਸੀਂ ਪਿੱਠ ਨਹੀਂ ਦੇਣੀ, ਪਰ ਲੱਗਦਾ ਕਿ ਇਹ ਕਿਰਸਾਨੀ ਦੀ ਕਿਰਤ ਨਹੀਂ ਕਰ ਸਕਦੇ। ਇਸ ਕਰਕੇ ਘਰਦਿਆਂ ਨੇ ਸਾਰਿਆਂ ਨੇ ਸਲਾਹ ਕਰਕੇ ਮਹਾਂਪੁਰਖਾਂ ਨੂੰ ਰਾਮਗੜੀਆ ਕੰਮ ਸੌਂਪ ਦਿੱਤਾ। ਜਦ ਰਾਮਗੜੀਆ ਕੰਮ ਸੌਂਪਿਆ ਤਾਂ ਉਸ ਟਾਈਮ ਫਿਰ ਮਹਾਂਪੁਰਖਾਂ ਨੇ ਜਿੱਥੇ ਵੀ ਕੰਮ 'ਤੇ ਜਾਣਾ ਹੈਗਾ ਉਹਨਾਂ ਨੂੰ ਆਪਣੀਆਂ ਜਿਹੜੀਆਂ ਹੋਈਆਂ ਦੋ ਤਿੰਨ ਸ਼ਰਤਾਂ ਪਹਿਲਾਂ ਹੀ ਸੁਣਾ ਦੇਣੀਆਂ। ਪਹਿਲਾਂ ਮਹਾਂਪੁਰਖਾਂ ਨੇ ਕਹਿਣਾ ਹੈਗਾ ਕਿ ਮੈਂ ਕੰਮ 'ਤੇ ਜਦੋਂ ਆਊਂਗਾ ਘੱਟੋ ਘੱਟ 2 ਘੰਟੇ ਲੇਟ ਆਇਆ ਕਰੂੰਗਾ। ਦੂਸਰਾ ਇਹ ਹੈ ਕਿ ਮੈਨੂੰ ਕੰਮ 'ਤੇ ਕੋਈ ਨਾ ਬੁਲਾਵੇ। ਤੀਸਰਾ ਮਹਾਂਪੁਰਖਾਂ ਨੇ ਕਹਿਣਾ ਹੈਗਾ ਕਿ ਮੈਂ ਤੁਹਾਨੂੰ ਹੈ ਨਾ ਕੰਮ ਜਿਹੜਾ ਹੈਗਾ ਉਹ ਵੱਧ ਕਰਕੇ ਦਊਂਗਾ। ਅਤੇ ਚੌਥੀ ਗੱਲ ਇਹ ਹੈ ਕਿ ਜਦੋਂ ਤੁਸੀਂ ਮੈਨੂੰ ਮੇਰੇ ਕੰਮ ਦੀ ਮਜ਼ਦੂਰੀ ਦੇਣੀ ਆ ਤਾਂ ਤੁਸੀਂ 2 ਘੰਟੇ ਦੇ ਵਿੱਚੋਂ ਪੈਸੇ ਮੇਰੇ ਕੱਟ ਲਿਆ ਕਰਨੇ ਆ, ਤੁਸੀਂ 2 ਘੰਟੇ ਦੇ ਮੈਨੂੰ ਪੈਸੇ ਨਹੀਂ ਦੇਣੇ। ਇਸ ਤਰ੍ਹਾਂ ਮਹਾਂਪੁਰਖਾਂ ਨੇ ਜਿਹੜਾ ਸੀ ਇਹ ਫਿਰ ਰਾਮਗੜੀਆ ਕੰਮ ਸ਼ੁਰੂ ਕਰ ਦਿੱਤਾ। ਅਤੇ ਇਸੇ ਕੰਮ ਦੇ ਵਿੱਚ ਰਤਨ ਸਿੰਘ ਦੇ ਘਰ ਅਜੇ ਵੀ ਮਹਾਂਪੁਰਖਾਂ ਨੇ ਜਿਹੜਾ ਲੱਕੜ ਦਾ ਸੰਦੂਕ ਬਣਾਇਆ ਹੈ, ਇਹ ਮਹਾਂਪੁਰਖਾਂ ਦੇ ਹੱਥਾਂ ਦੀ ਨਿਸ਼ਾਨੀ ਹੈਗੀ ਆ। ਉਸ ਤੋਂ ਬਾਅਦ ਫਿਰ ਮਹਾਂਪੁਰਖ ਜਿਹੜੇ ਸੀਗੇ ਇਸ ਤਰ੍ਹਾਂ ਕਿਰਤ ਕਰਦੇ ਕਰਦੇ ਸ਼ੇਰਪੁਰੇ ਪਹੁੰਚ ਗਏ। ਉੱਥੇ ਫਿਰ ਰਾਜ ਦਾ ਕੰਮ ਕਰਨ ਲੱਗ ਪਏ। ਜਦ ਕਿਸੇ ਦੇ ਘਰ ਇੱਕ ਵਾਰੀ ਰਾਜ ਦਾ ਕੰਮ ਕਰ ਰਹੇ ਸੀ ਤਾਂ ਉੱਥੇ ਇੱਕ ਫਕੀਰ ਆਇਆ। ਜਦ ਫਕੀਰ ਆਇਆ ਪਰ ਘਰ ਦੇ ਕਿਉਂਕਿ ਉਸ ਟਾਈਮ ਘਰ ਦੇ ਵਿੱਚ ਨਹੀਂ ਸੀ ਤਾਂ ਉਹਨੇ ਆ ਕੇ ਫਿਰ ਜਦੋਂ ਸੱਦਾ ਦਿੱਤਾ ਤਾਂ ਮਹਾਂਪੁਰਖਾਂ ਨੇ ਇੱਕ 2 ਵਾਰੀ ਦੇਖਿਆ ਥੱਲੇ ਕਿ ਘਰ ਦੇ ਤਾਂ ਨਹੀਂ ਆ ਪਰ ਮੰਜੇ ਦੇ ਉੱਤੇ ਮੱਕੀ ਦੇ ਦਾਣੇ ਪਏ ਆ। ਅਤੇ ਬਾਬਾ ਨਰਸਿੰਘ ਸਿੰਘ ਹੁਣਾਂ ਨੇ ਮਨ 'ਚ ਸੋਚਿਆ ਕਿ ਫਕੀਰ ਹੈਗਾ ਅਤੇ ਇਹਨੂੰ ਜ਼ਰੂਰ ਕੁਛ ਨਾ ਕੁਛ ਦੇਣਾ ਚਾਹੀਦਾ ਹੈ। ਸੋ ਇਹ ਕੰਮ ਛੱਡ ਕੇ ਇਹਨਾਂ ਥੱਲੇ ਆ ਕੇ ਇਹਨੇ ਮੱਕੀ ਦੇ ਦਾਣਿਆਂ ਦਾ ਇੱਕ ਬਹੁਤ ਵੱਡਾ ਬੁੱਕ ਭਰ ਕੇ ਜਦੋਂ ਫਕੀਰ ਦੀ ਝੋਲੀ ਪਾਉਣ ਲੱਗੇ ਤਾਂ ਫਕੀਰ ਨੇ ਕਿਹਾ ਹੈਗਾ ਕਿ ਇਹ ਤੂੰ ਮੈਨੂੰ ਐਡਾ ਭਾਰਾ ਬੁੱਕ ਮੱਕੀ ਦਾ ਪਾ ਕੇ ਦੇ ਰਿਹਾ ਹੈਗਾ, ਇਹ ਦਰਅਸਲ ਤੇਰੀ ਆਪਣੀ ਕਮਾਈ ਨਹੀਂ ਹੈਗੀ ਆ, ਜਿੱਦਣ ਤੂੰ ਆਪਣੀ ਕਮਾਈ ਕਰੂੰਗਾ ਤਾਂ ਫਿਰ ਤੂੰ ਸਾਨੂੰ ਜੋ ਮਰਜ਼ੀ ਦੇ ਦੇ, ਅਸੀਂ ਇਹ ਪਰਾਈ ਜਿਹੜੀ ਕਮਾਈ ਆ ਇਹਦਾ ਇੱਕ ਦਾਣਾ ਵੀ ਆਪਣੀ ਝੋਲੀ ਨਹੀਂ ਪਵਾਉਣਾ। ਬਸ ਇਹ ਜਿਹੜੀ ਹੈ ਨਾ ਪਹਿਲੀ ਗੱਲ ਸੀ ਬਾਬਾ ਆਨੰਦ ਸਿੰਘ ਜੀ ਦੇ ਜੋ ਹਿਰਦੇ ਦੇ ਵਿੱਚ ਵੱਜੀ ਸੀ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੂੰ ਜਿਹੜਾ ਸੀ ਇਹ ਮਨ ਦੇ ਵਿੱਚ ਆ ਗਿਆ ਕਿ ਕਿਉਂ ਨਾ ਇਹ ਜਿਹੜੀ ਸਾਰੀ ਝੂਠ ਦੀ ਕਮਾਈ ਹੈ ਛੱਡ ਕੇ ਸੱਚ ਦੀ ਕਮਾਈ ਕੀਤੀ ਜਾਵੇ। ਇਸੇ ਕਰਕੇ ਫਿਰ ਮਹਾਂਪੁਰਖ ਜਿਹੜੇ ਸੀਗੇ ਇਹਨਾਂ ਨੇ ਫਿਰ ਭਜਨ ਅਤੇ ਬੰਦਗੀ ਅਤੇ ਤਪੱਸਿਆ ਸ਼ੁਰੂ ਕਰ ਦਿੱਤੀ। ਜਦੋਂ ਭਜਨ ਬੰਦਗੀ ਤਪੱਸਿਆ ਸ਼ੁਰੂ ਕੀਤੀ ਇਸ ਤਰ੍ਹਾਂ ਕਰਦੇ ਕਰਦੇ ਮਹਾਂਪੁਰਖਾਂ ਦਾ ਫਿਰ ਮਿਲਾਪ ਵਾਹਿਗੁਰੂ ਵੱਲੋਂ ਰਾਜਾ ਸਾਂਸੀ ਦੇ ਜਿਹੜਾ ਇਲਾਕਾ ਸੀਗਾ ਉਹਦੇ ਵਿੱਚ ਸੰਤ ਬਾਬਾ ਜਵੰਦ ਸਿੰਘ ਜੀ ਹੋਏ ਆ, ਉਹਨਾਂ ਦੇ ਨਾਲ ਮਿਲਾਪ ਹੋ ਗਿਆ। ਬਸ ਮਿਲਾਪ ਕਾਹਦਾ ਸੀਗਾ, ਜਿਵੇਂ ਫਰਮਾਨ ਹੈ ਕਿ ਆਸਾ ਇਸ਼ਟ ਉਪਾਸ਼ਨਾ ਖਾਣ ਪਾਨ ਪਹਿਰਾਨ ਖਟ ਲੱਛਣ ਜਾਮੇ ਮਿਲੇ ਤਾਂ ਕੋ ਮੀਤ ਪਛਾਣ। ਭਾਵ ਕੀ ਹੈ ਕਿ ਜਿੱਥੇ ਜਿਹੜਾ ਹੈਗਾ ਉਹ ਰਸਤਾ ਇੱਕ ਹੋਵੇ, ਗੁਰੂ ਇੱਕ ਹੋਵੇ, ਬੰਦਗੀ ਦਾ ਤਰੀਕਾ ਇੱਕ ਹੋਵੇ, ਖਾਣ ਪੀਣ ਅਤੇ ਪਹਿਰਾਵਾ ਇੱਕ ਹੋਵੇ, ਉੱਥੇ ਆਪਣੇ ਆਪ ਹੀ ਸੁਮੇਲ ਬਣ ਜਾਂਦਾ ਹੈ। ਸੋ ਇਹਨਾਂ ਦੀ ਫਿਰ ਮਿੱਤਰਤਾ ਜਿਹੜੀ ਸੀਗੀ ਸੰਤ ਬਾਬਾ ਜਵੰਦ ਸਿੰਘ ਹੁਣਾਂ ਦੇ ਨਾਲ ਹੋ ਗਈ ਸੀ। ਫਿਰ ਇਹਨਾਂ ਨੇ ਮਨ 'ਚ ਸੋਚਿਆ ਕਿਉਂ ਨਾ ਹੋਵੇ ਵੀ ਅਸੀਂ ਹੈ ਨਾ ਦੋਨੋਂ ਜਣੇ ਇਕੱਠੇ ਹੋ ਕੇ ਬੰਦਗੀ ਕਰੀਏ। ਉਸ ਤੋਂ ਬਾਅਦ ਫਿਰ ਸੰਤ ਬਾਬਾ ਆਨੰਦ ਸਿੰਘ ਜੀ ਅਤੇ ਸੰਤ ਬਾਬਾ ਜਵੰਦ ਸਿੰਘ ਜੀ ਜਿਹੜੇ ਨੇ ਫਿਰ ਇਕੱਠੇ ਹੋ ਕੇ ਦੋਨੇ ਜਾਣੇ ਸਾਰਾਗੜੀ, ਗੁਰਦੁਆਰਾ ਸਾਰਾਗੜੀ ਜੋ ਫਿਰੋਜ਼ਪੁਰ ਛਾਉਣੀ ਹੈਗਾ ਉੱਥੇ ਦੋਨੇ ਪਹੁੰਚ ਗਏ।
ਜਦ ਗੁਰਦੁਆਰਾ ਸਾਰਾਗੜ੍ਹੀ ਫਿਰੋਜ਼ਪੁਰ ਪਹੁੰਚੇ ਆ, ਉੱਥੇ ਆ ਕੇ ਫਿਰ ਮਹਾਂਪੁਰਖਾਂ ਨੇ ਜਿਹੜੀ ਸੀ ਉਹ ਸੇਵਾ ਕਰਨੀ ਆਰੰਭ ਕਰ ਦਿੱਤੀ, ਅਤੇ ਦਿਨ ਰਾਤ ਸੇਵਾ ਕਰਨੀ ਅਤੇ ਭਜਨ ਸਿਮਰਨ ਬੰਦਗੀ ਕਰਨਾ, ਅਤੇ ਮਨ ਦੇ ਵਿੱਚ ਇੱਕ ਜਿਹੜਾ ਸੀਗਾ ਫੁਰਨਾ ਸੀਗਾ ਕਿ ਅਸੀਂ ਹੈ ਨਾ ਰੋਜ਼ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਵੀ ਦਰਸ਼ਨ ਕਰਨੇ ਆ ਇਹਨਾਂ ਨੂੰ ਥਾਲ ਭੋਜਨ ਦਾ ਜ਼ਰੂਰ 2 ਟਾਈਮ ਸਵੇਰ ਔਰ ਸ਼ਾਮ ਜਿਹੜਾ ਹੈਗਾ ਇਹ ਅਰਦਾਸ ਕਰਕੇ ਪਰੋਸਣਾ ਹੈਗਾ। ਇਸ ਤਰ੍ਹਾਂ ਹੀ ਇਹ ਸੇਵਾ ਜਿਹੜੀ ਸੀਗੀ ਸੰਤ ਬਾਬਾ ਜਵੰਦ ਸਿੰਘ ਜੀ ਅਤੇ ਸੰਤ ਬਾਬਾ ਨਵਸੋ ਹੁਣੀ ਕਰਦੇ ਰਹੇ। ਇੱਕ ਵਾਰ ਫਿਰ ਸੰਤ ਬਾਬਾ ਜਵਾਂਸੂ ਹੁਣੀ ਕਹਿਣ ਲੱਗੇ ਕਿ ਬਹੁਤ ਚਿਰ ਹੋ ਗਿਆ ਸੀ ਰੋਜ਼ ਥਾਲ ਤਿਆਰ ਕਰਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਸ਼ਾਦਾ ਲਾਉਂਦੇ ਹਾਂ, ਪਰ ਮੇਰੇ ਮਨ ਦੀ ਇੱਛਾ ਹੈਗੀ ਆ ਕਿ ਅਗਰ ਪ੍ਰਸ਼ਾਦਾ ਗੁਰੂ ਨਾਨਕ ਸਾਹਿਬ ਛਕਦੇ ਆ ਤਾਂ ਫਿਰ ਅਸੀਂ ਅੱਖੀਂ ਕਿਉਂ ਨਾ ਦੇਖੀਏ। ਜਦ ਇਹ ਗੱਲ ਹੋਈ ਆ ਤਾਂ ਬਾਬਾ ਨਵ ਸਿੰਘ ਹੁਣੀ ਕਹਿਣ ਲੱਗੇ ਕਿ ਭਾਈ ਜਵੰਦ ਸਿੰਘ ਗੱਲ ਤਾਂ ਤੇਰੀ ਠੀਕ ਹੈਗੀ ਆ, ਪਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਕੋਈ ਸੌਖੀ ਗੱਲ ਨਹੀਂ ਹੈ, ਕਿਉਂਕਿ ਸੰਤੋਖ ਜੋ ਲਿਖੀ ਹੋਇਆ ਹਨ ਨਾ ਉਹਨੇ ਤ੍ਰੇਤੋ ਤੋਂ ਲੈ ਕੇ ਫਿਰ ਕਲਯੁਗ ਤੱਕ ਤਪੱਸਿਆ ਕੀਤੀ ਆ, ਤਾਂ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਆ। ਅਸੀਂ ਤਾਂ ਹਜੇ ਥੋੜ੍ਹੇ ਦਿਨ ਹੀ ਹੋਏ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੋਜ਼ ਮੱਥਾ ਟੇਕ ਕੇ ਸੇਵਾ ਕਰਕੇ ਪ੍ਰਸ਼ਾਦੇ ਲਾਉਂਦੇ ਹਾਂ, ਪਰ ਫਿਰ ਵੀ ਅਗਰ ਤੇਰੇ ਮਨ ਦੀ ਇੱਛਾ ਹੈਗੀ ਆ ਤਾਂ ਫਿਰ ਆਪਾਂ ਕੋਈ ਨਾ ਕੋਈ ਫਿਰ ਨਿਰਣਾ ਜਾਂ ਸੰਕਲਪ ਕਰਕੇ ਦੇਖ ਲੈਂਦੇ ਹਾਂ। ਫਿਰ ਸੰਤ ਬਾਬਾ ਨਵਸੋ ਹੁਣਾਂ ਨੇ ਅਤੇ ਸੰਤ ਬਾਬਾ ਜਵੰਸੋ ਹੁਣਾਂ ਨੇ ਇੱਕ ਜਿਹੜੀ ਸੀ ਉਹ ਸੰਕਲਪ ਬਣਾ ਲਿਆ, ਨੇਮ ਕਰ ਲਿਆ ਕਿ ਅਸੀਂ ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਸ਼ਾਦਾ ਲਾਉਣਾ ਹੈਗਾ ਅਤੇ ਉਹਨਾਂ 'ਚ ਕਰ ਪ੍ਰਸ਼ਾਦਾ ਅਸੀਂ ਆਪ ਨਹੀਂ ਛਕਣਾ ਜਦ ਤੱਕ ਧੰਨ ਗੁਰੂ ਨਾਨਕ ਸਾਹਿਬ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੋ ਗਏ, ਆਪ ਆਪਣੇ ਕਰ ਕਲਮਾਂ ਦੇ ਨਾਲ ਜਿਹੜਾ ਸੀ ਉਹ ਪ੍ਰਸ਼ਾਦਾ ਨਾ ਛਕਣਗੇ, ਅਤੇ ਜਦੋਂ ਪ੍ਰਸ਼ਾਦਾ ਛਕਣਗੇ ਉਹ ਤੋਂ ਬਾਅਦ ਫਿਰ ਅਸੀਂ ਸੀਤ ਪ੍ਰਸ਼ਾਦ ਜਿਹੜਾ ਹੈ ਨਾ ਬਾਬੇ ਨਾਨਕ ਦਾ ਜ਼ਰੂਰ ਛਕਣਾ ਹੈਗਾ। ਸੋ ਇਹ ਮਨ ਦੇ ਵਿੱਚ ਫੁਰਨਾ ਬਣਾ ਕੇ ਅਗਲੇ ਦਿਨ ਦੋਨਾਂ ਨੇ ਮਹਾਂਪੁਰਖਾਂ ਨੇ ਬਹੁਤ ਹੀ ਫਿਰ ਸੁੰਦਰ ਤਰੀਕੇ ਦੇ ਨਾਲ ਗੁਰਬਾਣੀ ਦੀ ਮਰਿਆਦਾ ਦੇ ਅਨੁਸਾਰ ਪ੍ਰਸ਼ਾਦਾ ਤਿਆਰ ਕੀਤਾ। ਪ੍ਰਸ਼ਾਦਾ ਤਿਆਰ ਕਰਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਫਿਰ ਅਰਦਾਸ ਬੇਨਤੀ ਕੀਤੀ। ਅਰਦਾਸ ਬੇਨਤੀ ਕਰਨ ਤੋਂ ਉਪਰੰਤ ਪ੍ਰਸ਼ਾਦਾ ਰੱਖਿਆ ਬਈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਤੁਸੀਂ ਹੈ ਨਾ ਪ੍ਰਗਟ ਹੋ ਕੇ ਹੀ ਇਹ ਪ੍ਰਸ਼ਾਦਾ ਛਕਣਾ ਹੈਗਾ। ਪਰ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਪੈ ਗਈ ਕੋਈ ਘਟਨਾ ਨਹੀਂ ਵਾਪਰੀ ਤਾਂ ਮਹਾਂਪੁਰਖਾਂ ਨੇ ਆਪ ਵੀ ਪ੍ਰਸ਼ਾਦਾ ਨਹੀਂ ਛਕਿਆ ਪਰ ਉਸੇ ਤਰ੍ਹਾਂ ਬੈਠੇ ਰਹੇ। ਪਰ ਜਦੋਂ ਅਗਲਾ ਦਿਨ ਹੋਇਆ ਫਿਰ ਮਹਾਂਪੁਰਖਾਂ ਨੇ ਇਸ਼ਨਾਨ ਕੀਤਾ, ਦੁਬਾਰਾ ਫਿਰ ਤਾਜ਼ਾ ਪ੍ਰਸ਼ਾਦਾ ਬਣਾਇਆ, ਫਿਰ ਅਗਲਾ ਦਿਨ ਵੀ ਜਿਹੜਾ ਸੀ ਉਹ ਮੱਥਾ ਟੇਕ ਕੇ ਅਰਦਾਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨਾਂ ਦੇ ਇਹ ਤਾਂਗ ਦੇ ਵਿੱਚ ਬੈਠੇ ਰਹੇ, ਪਰ ਉਹ ਵੀ ਦਿਨ ਚਲੇ ਗਿਆ। ਇਸ ਤਰ੍ਹਾਂ ਕਰਦੇ ਕਰਦੇ ਤੀਸਰਾ ਦਿਨ ਵੀ ਚਲੇ ਗਿਆ, ਚੌਥਾ, ਪੰਜਵਾਂ, ਜਦ ਛੇਵਾਂ ਦਿਨ ਗਿਆ ਹਨ ਤਾਂ ਮਹਾਂਪੁਰਖਾਂ ਦੀ ਜਿਹੜੀ ਸੀ ਹਾਲਤ ਸਰੀਰ ਦੀ ਭੁੱਖ ਦੇ ਨਾਲ ਬਹੁਤ ਜ਼ਿਆਦਾ ਵਿਆਕਲ ਹੋ ਗਈ ਸੀ। ਪਰ ਉਧਰੋਂ ਜਦੋਂ 6ਵੇਂ ਦਿਨ ਪ੍ਰਸ਼ਾਦਾ ਤਿਆਰ ਕਰਕੇ ਅਰਦਾਸ ਕਰਕੇ ਸੰਤ ਬਾਬਾ ਨਵ ਸਿੰਘ ਜੀ ਅਤੇ ਸੰਤ ਬਾਬਾ ਜਵੰਦ ਸਿੰਘ ਜੀ ਬੈਠੇ ਆ, ਉਦੋਂ ਫਿਰ ਇੱਕ ਜ਼ਾਹਰੀ ਜਿਹੜੀ ਸੀ ਉਹ ਕਰਾਮਾਤ ਹੋਈ। ਉਹ ਕੀ ਸੀਗੀ, ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਰੂਪ ਪ੍ਰਗਟ ਹੋ ਗਿਆ। ਅਤੇ ਫਿਰ ਇਸੇ ਹੀ ਸਰੂਪ ਨੇ ਫਿਰ ਬਾਬਾ ਆਨੰਦ ਸਿੰਘ ਜੀ ਅਤੇ ਬਾਬਾ ਜਵੰਦ ਸਿੰਘ ਜੀ ਨੂੰ ਦਰਸ਼ਨ ਦੇ ਕੇ ਪੁੱਛਿਆ ਕਿ ਦੱਸੋ ਕੀ ਚਾਹੁੰਦੇ ਹੋ। ਪਹਿਲਾਂ ਤਾਂ ਮਹਾਂਪੁਰਖ ਨੇ ਕਿਹਾ ਕਿ ਤੁਸੀਂ ਹੈ ਨਾ ਪਹਿਲਾਂ ਤਾਂ ਜ਼ਰੂਰ ਪ੍ਰਸ਼ਾਦਾ ਛਕੋ, ਸਾਡੀ ਭਾਵਨਾ ਨੂੰ ਉਸ ਨੂੰ ਪੂਰਾ ਕਰੋ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾਏ ਆ, ਪਹਿਲਾਂ ਤਾਂ ਜੋ ਪ੍ਰਸ਼ਾਦਾ ਸੀਗਾ ਬਾਬੇ ਨਾਨਕ ਨੇ ਛਕਿਆ ਹੈਗਾ, ਪਰ ਪਿੱਛੋਂ ਫਿਰ ਬਾਬਾ ਜਵੰਸੂ ਹੁਣਾਂ ਨੇ ਗੁਰੂ ਨਾਨਕ ਸਾਹਿਬ ਨੇ ਕਿਹਾ ਹੈਗਾ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਹੈ। ਅਤੇ ਬਾਬਾ ਜਵੰਦ ਸਿੰਘ ਹੁਣਾਂ ਨੇ ਨਾ ਫਿਰ ਉਸ ਟਾਈਮ ਕੀਰਤਨ ਮੰਗਿਆ ਕਿ ਸਾਨੂੰ ਕੀਰਤਨ ਦੀ ਦਾਤ ਬਖਸ਼ੋ, ਅਤੇ ਦੂਸਰਾ ਨਾਲ ਇਹ ਵੀ ਮੰਗ ਲਿਆ ਸੀਗਾ ਕਿ ਜਦੋਂ ਮੈਂ ਕੀਰਤਨ ਕਰਾਂ ਤੁਸੀਂ ਦੀਵਾਨ ਦੇ ਵਿੱਚ ਬੈਠ ਕੇ ਜਿਵੇਂ ਤੁਸੀਂ ਇੱਥੇ ਦਰਸ਼ਨ ਦਿੱਤੇ ਆ ਇਸੇ ਤਰ੍ਹਾਂ ਮੈਨੂੰ ਦਰਸ਼ਨ ਦੇਣੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁਸਕਰਾ ਕੇ ਕਹਿਣ ਲੱਗੇ ਠੀਕ ਹੈ ਭਾਈ ਜਵੰਦ ਸਿੰਘ ਜੀ, ਜਿਵੇਂ ਤੁਹਾਡੀ ਇੱਛਾ ਹੈਗੀ ਆ, ਜਦੋਂ ਤੁਸੀਂ ਕੀਰਤਨ ਕਰੋਗੇ ਮੈਂ ਦੀਵਾਨ ਵਿੱਚ ਬੈਠ ਕੇ ਤੁਹਾਨੂੰ ਇਸੇ ਤਰ੍ਹਾਂ ਦਰਸ਼ਨ ਦੇਵਾਂਗਾ, ਅਤੇ ਬਾਕੀ ਜਿਹੜੀ ਸੰਗਤ ਹੈ ਉਹਨਾਂ ਨੂੰ ਵੀ ਮੇਰੇ ਦਰਸ਼ਨਾਂ ਦੇ ਝਲਕਾਰੇ ਪੈਣਗੇ। ਫਿਰ ਗੁਰੂ ਨਾਨਕ ਸਾਹਿਬ ਨੇ ਬਾਬਾ ਨਵ ਸਿੰਘ ਉਹਨਾਂ ਨੂੰ ਪੁੱਛਿਆ ਕਿ ਆਨੰਦ ਸਿੰਘ ਜੀ ਤੁਸੀਂ ਕੀ ਚਾਹੁੰਦੇ ਹੋ। ਜਦ ਇੰਨੀ ਗੱਲ ਹੋਈ ਆ ਤਾਂ ਬਾਬਾ ਨਵ ਸਿੰਘ ਹੁਣ ਕਹਿਣ ਲੱਗੇ ਕਿ ਤੁਹਾਡੇ ਦਰਸ਼ਨ ਹੋ ਗਏ ਆ, ਸਾਨੂੰ ਇਹ ਹੀ ਬਹੁਤ ਹੈਗੇ ਆ। ਜਦ ਇੰਨੀ ਗੱਲ ਹੋਈ ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹ ਤਾਂ ਠੀਕ ਆ ਪਰ ਹੋਰ ਇੱਛਾ ਹੈ ਤਾਂ ਮੰਗੋ। ਪਰ ਬਾਬਾ ਨਵ ਸਿੰਘ ਹੁਣਾਂ ਨੇ ਦੁਬਾਰਾ ਫਿਰ ਬਚਨ ਕੀਤਾ ਜੀ ਦਰਸ਼ਨ ਤੋਂ ਵੱਡੀ ਹੋਰ ਕੀ ਹੋ ਸਕਦਾ ਹੈਗਾ। ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੀਸਰਾ ਬਚਨ ਕੀਤਾ ਹੈ ਨਾ ਬੇ ਨਵ ਸਿੰਘ ਕੁਛ ਤਾਂ ਮੰਗੋ,
ਜਦ ਇੰਨੀ ਗੱਲ ਜਿਹੜੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਾ ਨਰਸਿੰਘ ਹੋਣਾ ਨੂੰ ਆਖੀ ਸੀਗੀ, ਤਾਂ ਉਸ ਟਾਈਮ ਫਿਰ ਬਾਬਾ ਨਰਸਿੰਘ ਨੇ ਕਿਹਾ ਸੀਗਾ ਜਿਵੇਂ ਕਿਵੇਂ ਵੀ ਤੁਸੀਂ ਸਾਨੂੰ ਆਪਣਾ ਬਣਾ ਲਓ। ਬਸ ਜਦ ਇੰਨੀ ਗੱਲ ਹੈਗੀ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਾ ਨਰਸਿੰਘ ਹੋਣਾ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਨਾਲ ਹੀ ਕਹਿਣ ਲੱਗੇ ਕਹਿੰਦੇ ਨੰਦ ਸਾਹਿਬ ਤੂੰ ਤਾਂ ਸਭ ਕੁਛ ਲੈ ਗਿਆ ਹੈ। ਇਹ ਪਹਿਲੇ ਦਰਸ਼ਨ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੋ ਕੇ ਬਾਬਾ ਜਵੰਦ ਸਿੰਘ ਜੀ ਅਤੇ ਸੰਤ ਬਾਬਾ ਨੰਦ ਸਿੰਘ ਹੋਣਾ ਨੂੰ ਦਿੱਤੇ ਸੀ। ਬਸ ਉਸ ਤੋਂ ਬਾਅਦ ਫਿਰ ਹੈ ਨਾ ਮਹਾਂਪੁਰਖਾਂ ਨੇ ਬਾਬਾ ਨੰਦ ਸਿੰਘ ਹੋਣਾ ਨੇ ਬੜੀ ਭਾਰੀ ਜਿਹੜੀ ਸੀ ਉਹ ਤਪੱਸਿਆ ਕੀਤੀ ਆ। 36 ਸਾਲ ਮਹਾਂਪੁਰਖਾਂ ਨੇ ਜਿਹੜੀ ਸੀ ਉਹ ਆਪਣੇ ਤਪੱਸਿਆ ਕੀਤੀ ਆ। ਮਹਾਂਪੁਰਖ ਜਿੱਥੇ ਵੀ ਤਪੱਸਿਆ ਕਰਦੇ ਸੀਗੇ, ਇੱਕ ਵਾਰ ਤਪੱਸਿਆ ਕਰਦੇ ਮਹਾਂਪੁਰਖ ਜਦੋਂ ਭੁੱਖ ਲੱਗੀ ਤਾਂ ਮਹਾਂਪੁਰਖ ਬਾਬਾ ਨੰਦ ਸਿੰਘ ਹੋਣੀ ਹੈ ਨਾ ਸੱਦ ਕਰਨ ਵਾਸਤੇ ਇੱਕ ਨਗਰ ਦੇ ਵਿੱਚ ਗਏ, ਜਦਕਿ ਉੱਥੇ ਮਹਾਂਪੁਰਖਾਂ ਨੇ ਪ੍ਰਸ਼ਾਦੇ ਵਾਸਤੇ ਬੇਨਤੀ ਕੀਤੀ ਤਾਂ ਇੱਕ ਮਾਈ ਜਿਹੜੀ ਪ੍ਰਸ਼ਾਦਾ ਪਕਾਉਂਦੀ ਸੀ ਮਹਾਂਪੁਰਖਾਂ ਵੱਲ ਦੇਖ ਕੇ ਕਹਿਣ ਲੱਗੀ ਕਿ ਆ ਤੁਹਾਡਾ ਸਰੀਰ ਤਾਂ ਬੜਾ ਹੱਟਾ ਕੱਟਾ ਹੈਗਾ, ਮੈਂ ਇਹ ਪ੍ਰਸ਼ਾਦਾ ਆਪਣੇ ਘਰ ਵਾਲੇ ਵਾਸਤੇ ਜੋ ਹਲ ਵਾਹੁੰਦਾ ਹੈਗਾ ਖੇਤਾਂ 'ਚ ਉਹਦੇ ਵਾਸਤੇ ਲੈ ਕੇ ਜਾ ਰਹੀ ਹਾਂ, ਅਗਰ ਤੈਨੂੰ ਪ੍ਰਸ਼ਾਦਾ ਚਾਹੀਦਾ ਤੁਸੀਂ ਮਿਹਨਤ ਕਿਉਂ ਨਹੀਂ ਕਰਦੇ, ਕਿਉਂ ਇਸ ਤਰ੍ਹਾਂ ਮੰਗਦੇ ਫਿਰਦੇ ਹਾਂ। ਪਰ ਇਹ ਗੱਲ ਜਿਹੜੀ ਸੀਗੀ ਇਹ ਬਾਬਾ ਨਰਸਿੰਘ ਸੋਹਣਾ ਨੂੰ ਬਹੁਤ ਜ਼ਿਆਦਾ ਜਿਹੜੀ ਸੀ ਅੰਦਰ ਲੱਗੀ ਆ। ਪਰ ਬਾਬਾ ਨਰਸਿੰਘ ਸੋਹਣੀ ਜਿਹੜੇ ਸੀਗੇ ਉੱਥੋਂ ਚਲੇ ਗਏ, ਪਰ ਉਸ ਬੀਬੀ ਦਾ ਜਿਹੜਾ ਸਹੁਰਾ ਸੀਗਾ ਜਿਹਨੇ ਗੱਲ ਸੁਣ ਲਈ ਸੀ ਉਹ ਫਿਰ ਪ੍ਰਸ਼ਾਦਾ ਲੈ ਕੇ ਬਾਬਾ ਨਰਸਿੰਘ ਸੋਹਣਾ ਦੇ ਪਿੱਛੇ ਆਇਆ, ਪਰ ਮਹਾਂਪੁਰਖਾਂ ਨੇ ਉਹ ਪ੍ਰਸ਼ਾਦਾ ਲੈਣ ਤੋਂ ਨਾਂਹ ਕਰ ਦਿੱਤੀ। ਅਤੇ ਮਹਾਂਪੁਰਖਾਂ ਦਾ ਜਿਹੜਾ ਹਿਰਦਾ ਸੀਗਾ ਉਸ ਟਾਈਮ ਬੜਾ ਜਿਹੜਾ ਸੀਗਾ ਮਨ ਦੇ ਵਿੱਚ ਦੁਖੀ ਵੀ ਹੋਇਆ ਹੈਗਾ। ਇਹ ਜਿਹੜੀ ਤਰਕ ਸੀਗੀ ਬੜੀ ਭਾਰੀ ਆ, ਖਾਸ ਕਰਕੇ ਦੁਨੀਆਦਾਰ ਲੋਕਾਂ ਦੀ। ਮਹਾਂਪੁਰਖ ਬੈਠ ਕੇ ਜਦ ਵਾਹਿਗੁਰੂ ਜੀ ਦੇ ਧਿਆਨ ਦੇ ਵਿੱਚ ਬੈਠੇ ਫਿਰ ਆਕਾਸ਼ਬਾਣੀ ਹੋਈ ਵੀ ਨੰਦ ਸਿੰਘ ਤੈਨੂੰ ਕਿੰਨੇ ਕਿਹਾ ਸੀਗਾ ਜਾ ਕੇ ਪ੍ਰਸ਼ਾਦਾ ਮੰਗਣ ਨੂੰ, ਤੈਨੂੰ ਪ੍ਰਸ਼ਾਦਾ ਮੰਗਣ ਦੀ ਲੋੜ ਨਹੀਂ ਹੈ। ਜਦ ਇੰਨੀ ਗੱਲ ਹੋਈ ਆ ਤਾਂ ਨੰਦ ਸਿੰਘ ਬਾਬਾ ਜੀ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਦੱਸੋ ਮੈਨੂੰ ਕੀ ਹੁਕਮ ਹੈ। ਤਾਂ ਫਿਰ ਉਸ ਟਾਈਮ ਫਿਰ ਜਿਹੜੀ ਆਕਾਸ਼ਬਾਣੀ ਹੋਈ ਉਹਨਾਂ ਨੂੰ ਬਾਬਾ ਨਰਸਿੰਘ ਸੋਹਣਾ ਨੂੰ ਇਹ ਬਚਨ ਹੋਏ ਸੀਗੇ ਕਿ ਤੁਸੀਂ ਹੈ ਨਾ ਹਜ਼ੂਰ ਸਾਹਿਬ ਜਾਓ। ਜਦ ਇੰਨੀ ਗੱਲ ਹੋਈ ਹੈ ਤਾਂ ਮਹਾਂਪੁਰਖ ਜਿਹੜੇ ਸੀਗੇ ਜਦ ਹਜ਼ੂਰ ਸਾਹਿਬ ਜਾਣ ਲੱਗੇ ਤਾਂ ਪਰ ਰਸਤੇ ਵਿੱਚ ਜਿਹੜੇ ਸੀ ਕਈ ਪ੍ਰੇਮੀ ਬਾਬਾ ਨਰਸਿੰਘ ਸੋਹਣਾ ਦੇ ਜੋ ਸੇਵਕ ਸੀਗੇ ਉਹਨਾਂ ਨੇ ਬਾਬਾ ਨਰਸਿੰਘ ਸੋਹਣਾ ਨੂੰ ਥੋੜ੍ਹੇ ਪੈਸੇ ਦੇਣ ਦੀ ਵੀ ਕੋਸ਼ਿਸ਼ ਕੀਤੀ ਕਿ ਤੁਸੀਂ ਹਜ਼ੂਰ ਸਾਹਿਬ ਖਰਚਾ ਪਾਣੀ ਲੈ ਲਓ, ਪਰ ਬਾਬਾ ਨਰਸਿੰਘ ਸੋਹਣੀ ਕਹਿਣ ਲੱਗੇ ਕਿ ਨਹੀਂ ਭਾਈ ਅਸੀਂ ਇਸ ਤਰ੍ਹਾਂ ਕੋਈ ਖਰਚਾ ਪਾਣੀ ਕਿਸੇ ਤੋਂ ਕੁਛ ਨਹੀਂ ਲੈਣਾ ਹੈਗਾ। ਪਰ ਉਹਨਾਂ ਪ੍ਰੇਮੀਆਂ 'ਤੇ ਜ਼ਿਆਦਾ ਜ਼ੋਰ ਦੇਣ 'ਤੇ ਮਹਾਂਪੁਰਖਾਂ ਨੇ ਫਿਰ ਜਿਹੜੀ ਸੀ ਕਹਿਤਾ ਸੀ ਕਿ ਤੁਸੀਂ ਇਸ ਤਰ੍ਹਾਂ ਕਰ ਲਓ ਸਾਨੂੰ ਹਜ਼ੂਰ ਸਾਹਿਬ ਦੀ ਟਿਕਟ ਲਾ ਦਿਓ। ਫਿਰ ਮਹਾਂਪੁਰਖ ਜਿਹੜੇ ਸੀ ਹਜ਼ੂਰ ਸਾਹਿਬ ਚੱਲ ਗਏ ਅਤੇ ਇੱਥੇ ਜਿਹੜੀ ਸੀ ਫਿਰ ਬਾਬਾ ਜੀ ਇੱਥੇ 1 ਸਾਲ ਲਗਾਤਾਰ ਗਾਗਰ ਦੀ ਸੇਵਾ ਕੀਤੀ ਸੀ। ਜਦ ਗਾਗਰ ਦੀ ਪਾਣੀ ਭਰਨ ਦੀ ਸੇਵਾ ਬਾਬਾ ਨਰਸਿੰਘ ਸੋਹਣਾ ਨੇ 1 ਸਾਲ ਨਿਭਾਈ ਆ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀ ਕੀਤੀ ਆ। ਅਤੇ ਇੱਥੇ ਹੀ ਫਿਰ ਇਹਨਾਂ ਨੂੰ ਜਿਹੜੀ ਸੀ ਆਕਾਸ਼ਬਾਣੀ ਹੋਈ ਕਿ ਤੁਸੀਂ ਦੰਦਮਾ ਸਾਹਿਬ ਜਾ ਕੇ ਹੈ ਨਾ ਵਿੱਦਿਆ ਦੀ ਪ੍ਰਾਪਤੀ ਕਰੋ। ਫਿਰ ਬਾਬਾ ਨਰਸਿੰਘ ਸਿੰਘ ਜੀ ਹੈ ਨਾ ਦੁਬਾਰਾ ਫਿਰ ਦਮਦਮਾ ਸਾਹਿਬ ਉਹ ਚੱਲ ਪਏ, ਪਰ ਰਸਤੇ ਦੇ ਵਿੱਚ ਜਦੋਂ ਗੱਡੀ ਦੇ ਵਿੱਚ ਬੈਠੇ ਸੀਗੇ ਕਿਉਂਕਿ ਪੈਸਾ ਕੋਲ ਮਹਾਂਪੁਰਖਾਂ ਨੇ ਤਾਂ ਕਦੀ ਦੇਖਿਆ ਨਹੀਂ, ਨਾ ਸੁਭਾਅ ਨਾ ਮਨ ਦੇ ਵਿੱਚ ਇੱਛਾ ਸੀਗੀ, ਇਸੇ ਤਰ੍ਹਾਂ ਡੱਬੇ 'ਚ ਬੈਠ ਗਏ। ਪਰ ਹੁਣ ਬਿਨਾਂ ਟਿਕਟ ਤੋਂ ਬਾਬਾ ਨਰਸਿੰਘ ਸਿੰਘ ਜੀ ਬੈਠੇ ਸੀਗੇ ਤਾਂ ਜਦ ਟੀਟੀ ਆਇਆ ਉਹ ਟੀਟੀ ਨੇ ਜਦ ਆ ਕੇ ਮਹਾਂਪੁਰਖਾਂ ਨੂੰ ਦੇਖਣਾ ਚਾਹਿਆ, ਜਦ ਕੀ ਦੇਖਿਆ ਤਾਂ ਮਹਾਂਪੁਰਖ ਦਿਖਾਈ ਨਹੀਂ ਦਿੱਤੇ। ਦੱਸਦੇ ਜਾ ਕੇ 3 ਵਾਰ ਟੀਟੀ ਜਿਹੜਾ ਸੀ ਉਹ ਡੱਬੇ ਵਿੱਚ ਆਇਆ, ਪਰ ਬਾਬਾ ਨਰਸਿੰਘ ਸਿੰਘ ਹੁਣੀ ਦਿਖਾਈ ਨਹੀਂ ਦਿੱਤੇ। ਜਿਵੇਂ ਗੁਰਬਾਣੀ ਦਾ ਵਾਕ ਹੈ ਕਿ ਸਤਿਗੁਰ ਸਿੱਖਾ ਪੜਦਾ ਟਾਕੇ, ਸਤਿਗੁਰ ਸਿੱਖੀ ਸਰਪ ਰੱਖੇ। ਸੋ ਇਹ ਹੈ ਬਾਬਾ ਨਰਸਿੰਘ ਸਿੰਘ ਹੁਣਾਂ ਦੇ ਉੱਤੇ ਅਕਾਲ ਪੁਰਖ ਬਾਬਾ ਨਾਨਕ ਜੀ ਦੀ ਜਿਹੜੀ ਹੈ ਨਾ ਜਹਰੀ ਕਿਰਪਾ ਹੈਗੀ ਆ। ਉਸ ਤੋਂ ਬਾਅਦ ਫਿਰ ਜਦੋਂ ਮਹਾਂਪੁਰਖਾਂ ਨੇ ਜਿਹੜੀ ਦਮਦਮਾ ਸਾਹਿਬ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆ ਅਤੇ ਸੇਵਾ ਕਰਦੇ ਕਰਦੇ ਫਿਰ ਉੱਥੇ ਦਮਦਮਾ ਸਾਹਿਬ ਜਿਹੜੀ ਆਕਾਸ਼ਬਾਣੀ ਹੋਈ ਆ ਕਿ ਤੁਸੀਂ ਹੈ ਨਾ ਲਹਿਰੇਖਾਨੇ ਜਾਓ, ਉੱਥੇ ਜਾ ਕੇ ਤੁਹਾਨੂੰ ਜਿਹੜੀ ਹੈ ਉਹ ਵਿੱਦਿਆ ਦੀ ਪ੍ਰਾਪਤੀ ਹੋਏਗੀ। ਜਦੋਂ ਸੰਤ ਬਾਬਾ ਨਰਸਿੰਘ ਸਿੰਘ ਜੀ ਲਹਿਰੇਖਾਨੇ ਪਹੁੰਚੇ ਤਾਂ ਕੀ ਦੇਖਿਆ, ਅੱਗੇ ਸੰਤ ਬਾਬਾ ਵਿਸਾਵਾ ਸਿੰਘ ਜੀ ਬੱਚਿਆਂ ਨੂੰ ਵਿੱਦਿਆ ਪੜ੍ਹਾ ਰਹੇ ਸੀ ਅਤੇ ਬਾਬਾ ਨਰਸਿੰਘ ਸੋਹਣਾ ਨੇ ਸੰਤ ਵਿਸਾਵਾ ਸਿੰਘ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੇ, ਨਾਲ ਹੀ ਆਖਿਆ ਕਿ ਇਸ ਕੁੱਕਰ ਨੂੰ ਵੀ ਵਿੱਦਿਆ ਦਾ ਦਾਨ ਬਖਸ਼ੋ। ਬਸ ਆਹ ਜਿਹੜੀ ਹੈ ਨਾ ਨਿਮਰਤਾ ਭਾਵਨਾ ਬਾਬਾ ਨਰਸਿੰਘ ਸਿੰਘ ਜੀ ਦੇ ਅੰਦਰ ਸੀਗੀ। ਇੰਨੇ ਸੰਤ ਬਾਬਾ ਵਿਸਾਵਾ ਸਿੰਘ ਹੋਣਾ ਦਾ ਜਿੱਤ ਦਿਲ ਉਸੇ ਟਾਈਮ ਹੀ ਜਿੱਤ ਲਿਆ। ਬਸ ਫਿਰ ਕੀ ਸੀ,
ਮਹਾਂਪੁਰਖ ਸੰਤ ਵਸਾਵਾ ਸਿੰਘ ਹੋਣਾ ਨੇ ਬਾਬਾ ਨੰਦ ਸਿੰਘ ਹੋਣਾ ਨੂੰ ਫਿਰ ਵਿੱਦਿਆ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਅਤੇ ਬਾਬਾ ਨੰਦ ਸਿੰਘ ਜੀ ਨੂੰ ਜਦੋਂ ਟਾਈਮ ਮਿਲਦਾ ਵਿੱਦਿਆ ਤੋਂ ਬਾਅਦ, ਇੱਕ ਉੱਥੇ ਝੜਾ ਸੀਗਾ ਉਹਦੇ ਵਿੱਚ ਜਾ ਕੇ ਹੈ ਨਾ ਮਹਾਂਪੁਰਖ ਨੇ ਬੰਦਗੀ ਕਰਨੀ। ਜਦੋਂ ਬੰਦਗੀ ਕਰਨੀ ਨਾਲ ਨਾਲ ਸ਼ੁਰੂ ਕਰ ਦਿੱਤੀ, ਵਿੱਦਿਆ ਵੀ ਇੱਧਰੋਂ ਲੈਣੀ ਆ, ਜਦ ਵਿਹਲਾ ਟਾਈਮ ਹੋਣਾ ਬੰਦੀ ਵੀ ਕੀ ਵੀ ਉੱਥੇ ਕਰੀ ਜਾਣੀ। ਅਤੇ ਇੱਕ ਦਿਨ ਬਾਬਾ ਵਸਾਵਾ ਸਿੰਘ ਜੀ ਬਾਬਾ ਨੰਦ ਸਿੰਘ ਹੋਣਾ ਨੂੰ ਕਹਿਣ ਲੱਗੇ ਕਿ ਜਿਸ ਝੜੇ 'ਚ ਤੁਸੀਂ ਬੈਠ ਕੇ ਬੰਦਗੀ ਕਰਦੇ ਉੱਥੇ ਇੱਕ ਬੜਾ ਜ਼ਹਿਰੀਲਾ ਨਾਗ ਰਹਿੰਦਾ ਹੈ, ਜੇ ਤੁਸੀਂ ਕਹੋ ਤਾਂ ਅਸੀਂ ਮਾਰ ਦਿੰਦੇ ਹਾਂ। ਤਾਂ ਫਿਰ ਬਾਬਾ ਨੰਦ ਸਿੰਘ ਹੋਣੀ ਕਹਿਣ ਲੱਗੇ, ਕਹਿੰਦੇ ਜੀ ਜ਼ਹਿਰੀਲਾ ਨਾਗ ਵੀ ਤਾਂ ਤੁਸੀਂ ਸਾਡੀ ਰੱਖਿਆ ਵਾਸਤੇ ਉੱਥੇ ਭੇਜਿਆ ਹੈਗਾ। ਬਸ ਇਹ ਜਿਹੜੀ ਹੰਦਾ ਅੰਦਰਲੀ ਇੱਕ ਦੂਸਰੇ ਦੀ ਅੰਤਰਜਾਮਤਾ ਦੀ ਸ਼ਕਤੀ ਸੀ, ਜਿਸ ਨੂੰ ਬਾਬਾ ਵਸਾਵਾ ਸਿੰਘ ਜੀ ਸਮਝ ਚੁੱਕੇ ਸੀਗੇ। ਤਾਂ ਫਿਰ ਉਹਨਾਂ ਨੇ ਬਾਬਾ ਨੰਦ ਸਿੰਘ ਹੋਣਾ ਨੂੰ ਗਲਵਕੜੀ ਦੇ ਵਿੱਚ ਪਾ ਲਿਆ। ਕੁਛ ਦਿਨ ਹੋਏ ਬਾਬਾ ਨੰਦ ਸਿੰਘ ਹੋਣੀ ਜਦੋਂ ਉਸ ਝੜੇ ਦੇ ਵਿੱਚ ਬੰਦਗੀ ਕਰਦੇ ਰਹੇ। ਇੱਕ ਦਿਨ ਬੰਦਗੀ ਦੇ ਵਿੱਚ ਮਨ ਐਸਾ ਜੁੜਿਆ ਕਿ ਤਿੰਨ ਚਾਰ ਦਿਨ ਬਾਬਾ ਨੰਦ ਸਿੰਘ ਹੋਣਾ ਨੂੰ ਕੋਈ ਵੀ ਜਿਹੜੀ ਹੈ ਨਾ ਦੁਨਿਆਵੀ ਸੁਰਤ ਨਹੀਂ ਆਈ। ਇੱਧਰੋਂ ਜਦੋਂ ਫਿਕਰ ਪੈ ਗਿਆ ਵਿਦਿਆਲੇ ਦੇ ਵਿੱਚ, ਜਦੋਂ ਬਾਬਾ ਵਸਾਵਾ ਸਿੰਘ ਜੀ ਉੱਥੇ ਪਹੁੰਚੇ ਆ, ਜਦ ਕੀ ਦੇਖਿਆ ਤਾਂ ਬਾਬਾ ਨੰਦ ਸਿੰਘ ਹੋਣਾ ਦੀ ਸਮਾਧੀ ਲੱਗੀ ਆ। ਉਸੇ ਟਾਈਮ ਬਾਬਾ ਵਸਾਵਾ ਸਿੰਘ ਹੋਣਾ ਨੇ ਸੰਤ ਨੰਦ ਸਿੰਘ ਹੋਣਾ ਨੂੰ ਇੱਕ ਮੰਜੇ 'ਤੇ ਪਾਇਆ ਅਤੇ ਉੱਥੋਂ ਤਕਰੀਬਨ 6 ਕਿਲੋਮੀਟਰ ਹੈ ਨਾ ਭੁੱਚੋ ਮੰਡੀ ਸੰਤ ਬਾਬਾ ਹਰਨਾਮ ਸਿੰਘ ਮਹਾਂਪੁਰਖਾਂ ਦਾ ਜਿੱਥੇ ਅਸਥਾਨ ਸੀ ਉੱਥੇ ਲੈ ਗਏ। ਕਿਉਂਕਿ ਬਾਬਾ ਵਸਾਵਾ ਸਿੰਘ ਹੋਣਾ ਨੇ ਵੀ ਸੰਤ ਬਾਬਾ ਹਰਨਾਮ ਸਿੰਘ ਹੋਣਾ ਤੋਂ ਗੁਰਮੰਤਰ ਲਿਆ ਸੀਗਾ, ਅਤੇ ਇਹਨਾਂ ਨੂੰ ਬਾਬਾ ਨੰਦ ਸਿੰਘ ਹੋਣਾ ਨੂੰ ਵੀ ਉੱਥੇ ਪਹੁੰਚਾ ਦਿੱਤਾ। ਪਹੁੰਚਾ ਕੇ ਤਾਂ ਬਾਬਾ ਹਰਨਾਮ ਸਿੰਘ ਹੋਣਾ ਨੂੰ ਕਹਿਣ ਲੱਗੇ ਕਿ ਤੁਸੀਂ ਹੁਣ ਇਹਨਾਂ ਦੀ ਆਪ ਹੀ ਸਾਰੀ ਦੇਖਭਾਲ ਕਰੋ। ਇਹ ਕਹਿ ਕੇ ਬਾਬਾ ਵਸਾਵਾ ਸਿੰਘ ਜੀ ਵਾਪਸ ਆਪਣੇ ਸਥਾਨ 'ਤੇ ਆ ਗਏ। ਅਤੇ ਇੱਧਰੋਂ ਫਿਰ ਸੰਤ ਹਰਨਾਮ ਸਿੰਘ ਹੋਣਾ ਨੇ ਬਾਬਾ ਨੰਦ ਸਿੰਘ ਹੋਣਾ ਨੂੰ ਆਪਣੀ ਸਾਰੀ ਮਿਹਰ ਦੀ ਨਜ਼ਰ ਦੇ ਅੰਦਰ ਰੱਖ ਲਿਆ ਸੀ। ਇੱਥੇ ਸੰਤ ਨੰਦ ਸਿੰਘ ਹੋਣਾ ਨੇ ਬਾਬਾ ਹਰਨਾਮ ਸਿੰਘ ਹੋਣਾ ਦੀ ਬੜੀ ਅਣਥਕ ਸੇਵਾ ਕੀਤੀ। ਬਹੁਤ ਸਾਲ ਸੇਵਾ ਕਰਦੇ ਰਹੇ ਆ ਬਾਬਾ ਨੰਦ ਸਿੰਘ ਜੀ। ਇੱਕ ਦਿਨ ਮਨ ਦੇ ਵਿੱਚ ਫੁਰਨਾ ਬਣਿਆ, ਬਾਬਾ ਨੰਦ ਸਿੰਘ ਹੋਣੀ ਕਿਸੇ ਐਸੀ ਜਗ੍ਹਾ ਪਹੁੰਚ ਗਏ ਜਿੱਥੇ ਬੜਾ ਇਕਾਂਤ ਸੀਗਾ। ਬਸ ਉੱਥੇ ਜਿਉਂ ਬੈਠਿਆ, ਇੱਧਰੋਂ ਫਿਰ ਮਹਾਂਪੁਰਖਾਂ ਦੇ ਸਥਾਨ 'ਤੇ ਜਿਹੜੇ ਸੇਵਾਦਾਰ ਸੀਗੇ ਉਹਨਾਂ ਨੂੰ ਕੁਛ ਪਤਾ ਨਹੀਂ ਲੱਗਾ ਕਿ ਬਾਬਾ ਨੰਦ ਸਿੰਘ ਹੋਣੀ ਕਿੱਧਰ ਚਲੇ ਗਏ ਆ। ਇੱਥੇ ਇੱਕ ਭਾਈ ਖੁਸ਼ਹਾਲ ਸਿੰਘ ਜੀ ਹੋਏ ਆ, ਉਹਨਾਂ ਨੇ ਫਿਰ ਨਾ ਬਾਬਾ ਨੰਦ ਸਿੰਘ ਹੋਣਾ ਦਾ ਹੂਰੀਆ ਅਖਬਾਰ ਦੇ ਵਿੱਚ ਛੁਪਾ ਦਿੱਤਾ ਅਤੇ ਭਾਲ ਜਿਹੜੀ ਸ਼ੁਰੂ ਕਰਾ ਦਿੱਤੀ। ਪਰ ਕੁਦਰਤੀ ਕਾਰਨ ਐਸਾ ਬਣਿਆ ਕਿ ਜੰਗਲ ਦਾ ਜਿਹੜਾ ਇੱਕ ਰਖਵਾਲਾ ਅਫਸਰ ਸੀਗਾ, ਜਦੋਂ ਉੱਧਰ ਦੀ ਲੰਘਿਆ ਉਹਦੀ ਜਿਹੜੀ ਨਜ਼ਰ ਸੀ ਬਾਬਾ ਨੰਦ ਸਿੰਘ ਹੋਣਾ ਨੇ ਪੈ ਗਈ। ਉਹਦੇ ਪਾਸ ਅਖਬਾਰ ਸੀ, ਉਹਨੇ ਜਦ ਹੁਰੀਆ ਮਿਲਾਇਆ ਤਾਂ ਬਾਬਾ ਨੰਦ ਸਿੰਘ ਹੋਣਾ ਨਾਲ ਮਿਲ ਗਿਆ। ਉਹਨੇ ਜਾ ਕੇ ਭਾਈ ਖੁਸ਼ਹਾਲ ਸਿੰਘ ਹੋਣਾ ਨੂੰ ਦੱਸਿਆ ਤਾਂ ਭਾਈ ਖੁਸ਼ਹਾਲ ਸਿੰਘ ਜੀ ਆਪਣੇ ਸਾਥੀਆਂ ਸਮੇਤ ਜਦੋਂ ਬਾਬਾ ਨੰਦ ਸਿੰਘ ਹੋਣਾ ਦੇ ਕੋਲ ਪਹੁੰਚੇ ਆ ਤਾਂ ਉਹਨਾਂ ਨੇ ਪੁੱਛਿਆ, ਮਹਾਂਪੁਰਖੋ ਅਸੀਂ ਤਾਂ ਤੁਹਾਨੂੰ ਕਈ ਚਿਰ ਦੇ ਲੱਭਦੇ ਹਾਂ, ਤੁਸੀਂ ਇਸ ਜੰਗਲ ਦੇ ਵਿੱਚ ਕਿਵੇਂ ਬੈਠ ਗਏ? ਤਾਂ ਫਿਰ ਬਾਬਾ ਨੰਦ ਸਿੰਘ ਹੋਣਾ ਨੇ ਆਖਿਆ ਕਿ ਸਾਨੂੰ ਹੈ ਨਾ ਕੁਛ ਇਸ ਤਰ੍ਹਾਂ ਦਾ ਹੁਕਮ ਆਇਆ ਹੈਗਾ ਕਿ ਇਸ ਜੰਗਲ ਦੇ ਵਿੱਚ ਤੁਸੀਂ ਹੈ ਨਾ 1 ਸਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪਟ ਪਾਠ ਕਰਨਾ ਹੈਗਾ। ਬਸ ਜਦ ਇਹ ਗੱਲ ਹੋਈ ਆ ਤਾਂ ਸਾਰੀ ਸੰਗਤ ਕਹਿਣ ਲੱਗੀ, ਠੀਕ ਹੈ ਜੀ, ਅਗਰ ਇੱਧਰ ਸੰਪਟ ਪਾਠ ਹੋ ਜਾਵੇ ਤਾਂ ਫਿਰ ਜੰਗਲ 'ਚ ਮੰਗਣ ਲੱਗ ਜਾਵੇ। ਬਸ ਕਹਿਣ ਦੀ ਡੇਰ ਸੀ, ਸੰਗਤ ਨੇ ਉਸੇ ਟਾਈਮ ਉੱਥੇ ਫਿਰ ਇੱਕ ਕੱਚਾ ਭੋਰਾ ਬਣਾਇਆ ਅਤੇ ਇੱਕ ਕਮਰਾ ਬਾਬਾ ਨੰਦ ਸਿੰਘ ਹੋਣਾ ਦਾ ਵੀ ਰਿਹਾਇਸ਼ ਵਾਸਤੇ ਬਣਾ ਦਿੱਤਾ, ਉਹਦੇ ਵਿੱਚ ਇੱਕ ਆਲਾ ਰੱਖ ਦਿੱਤਾ। ਇੱਧਰੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉੱਥੇ ਕੀਤਾ ਗਿਆ ਹੈਗਾ ਅਤੇ ਬਾਬਾ ਨੰਦ ਸਿੰਘ ਹੋਣਾ ਨੇ ਫਿਰ ਉੱਥੇ 1 ਸਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੰਪਟ ਪਾਠ ਕੀਤਾ ਸੀਗਾ ਅਤੇ ਉਸੇ ਹੀ ਜਗ੍ਹਾ 'ਤੇ ਫਿਰ ਰਿਹਾਇਸ਼ ਰੱਖੀ ਸੀਗੀ। ਉਸ ਤੋਂ ਬਾਅਦ ਜਦ ਉਹ ਸਮਾਂ ਜਿਹੜਾ ਹੈ ਨਾ ਸਾਲ ਦਾ ਪੂਰਾ ਹੋਇਆ, ਫਿਰ ਬਾਬਾ ਨੰਦ ਸਿੰਘ ਹੋਣੀ ਦੁਬਾਰਾ ਫਿਰ ਮਹਾਂਪੁਰਖ ਬਾਬਾ ਹਰਨਾਮ ਸਿੰਘ ਹੋਣਾ ਦੇ ਕੋਲ ਪਹੁੰਚੇ। ਜਦ ਸਾਲ ਬਾਅਦ ਪਹੁੰਚਿਆ ਤਾਂ ਬਾਬਾ ਹਰਨਾਮ ਸਿੰਘ ਹੋਣੀ ਕਹਿਣ ਲੱਗੇ, ਭਾਈ ਨੰਦ ਸਿੰਘ ਤੂੰ ਇੰਨਾ ਚਿਰ ਹੋ ਗਿਆ ਕਿੱਥੇ ਗਿਆ ਸੀ? ਅਤੇ ਇੱਧਰੋਂ ਫਿਰ ਬਾਬਾ ਨੰਦ ਸਿੰਘ ਹੋਣੀ ਪਹਿਲਾਂ ਤਾਂ ਚੁੱਪ ਰਹੇ, ਪਰ ਬਾਅਦ ਦੇ ਵਿੱਚ ਫਿਰ ਕਹਿਣ ਲੱਗੇ ਵੀ ਅਸੀਂ ਜਾਣਾ ਕਿੱਥੇ ਸੀ, ਅਸੀਂ ਤਾਂ ਚਲ ਗਏ ਚਿੱਠੇ ਖੂਹ ਦੇ ਵਿੱਚ। ਜਦ ਇੰਨੀ ਗੱਲ ਹੋਈ ਤਾਂ ਬਾਬਾ ਹਰਨਾਮ ਸਿੰਘ ਹੋਣੀ ਕਹਿਣ ਲੱਗੇ, ਕਹਿੰਦੇ ਹੈਂ, ਕਹਿੰਦੇ ਫਿਰ ਹੁਣ ਤੂੰ ਜਿੱਥੋਂ ਆਇਆ ਹੈਗਾ ਉੱਥੇ ਵਾਪਸ ਕਦੇ ਜਾਏਂਗਾ, ਕਿਹੜੀ ਜਗ੍ਹਾ ਜਾਏਂਗਾ? ਕਹਿੰਦੇ ਜਾਣਾ ਕਿੱਥੇ ਆ, ਉਸੇ ਖੂਹ 'ਚ ਫੇਰ ਜਾਵਾਂਗੇ। ਇੰਨੀ ਗੱਲ ਹੋਈ ਆ ਤਾਂ ਬਾਬਾ ਹਰਨਾਮ ਸਿੰਘ ਹੋਣੀ ਕਹਿਣ ਲੱਗੇ, ਕਹਿੰਦੇ ਭਾਈ ਨੰਦ ਸਿੰਘ ਇੰਨਾ ਘਬਰਾ ਕੇ ਵਚਨ ਕਿਉਂ ਕਰਦਾ ਹੈ? ਅਤੇ ਬਾਬਾ ਨੰਦ ਸਿੰਘ ਹੋਣੀ ਕਹਿਣ ਲੱਗੇ, ਦੇਖੋ ਜੀ ਕਿ ਇੱਕ ਇਸਤਰੀ ਜਿਹੜੀ ਆ ਪਤੀ ਵਰਤਾ ਹੋਵੇ, ਆਪਣੇ ਪਤੀ ਦੀ 12 ਸਾਲ ਸੇਵਾ ਕਰੇ, ਪਤੀ ਉਹਦੀ ਬਾਤ ਨਾ ਪੁੱਛੇ ਤਾਂ ਵਿਚਾਰੀ ਕੀ ਕਰੇ? ਬਸ ਇਹ ਜਿਹੜੀ ਰਮਜ ਸੀਗੀ ਹੈ ਨਾ,
ਬਾਬਾ ਨਾਮ ਸੋਹਣਾ ਨੇ ਬਾਬਾ ਹਰਨਾਮ ਸੋਹਣਾ ਦੇ ਚਰਨਾਂ 'ਚ ਰੱਖੀ ਸੀਗੀ ਅਤੇ ਬਾਬਾ ਫਿਰ ਹਰਨਾਮ ਸੋਹਣੀ ਚੁੱਪ ਕਰ ਗਏ। ਉਹ ਕਹਿਣ ਲੱਗੇ ਕਹਿੰਦੇ ਭਾਈ ਅਗਰ ਤੈਨੂੰ ਇੰਨੀ ਜ਼ਿਆਦਾ ਕਾਹਲੀ ਆ ਤਾਂ ਫਿਰ ਤੂੰ ਇਸ ਤਰ੍ਹਾਂ ਕਰਕੇ ਕਿਸੇ ਜਾ ਕੇ ਨਾ ਖੂਹ ਦੇ ਵਿੱਚ ਛਾਲ ਮਾਰ ਦੇ ਅਤੇ ਤੈਨੂੰ ਸਾਰੀ ਪ੍ਰਾਪਤੀ ਹੋ ਜਾਊਗੀ। ਬਸ ਇਹ ਬਚਨ ਕਾਹਦਾ ਹੋਇਆ ਸੀ, ਬਾਬਾ ਨਾਮ ਸੋਹਣੀ ਉਸੇ ਟਾਈਮ ਕਿਸੇ ਖੂਹ ਵੱਲ ਭੱਜ ਗਏ ਅਤੇ ਪਰ ਨਾਲ ਦੇ ਜਿਹੜੇ ਸੇਵਾਦਾਰ ਜਿਹੜੇ ਹੋਰ ਖੜ੍ਹੇ ਸੀ ਜਦੋਂ ਉਹਨਾਂ ਨੇ ਬਚਨ ਸੁਣਿਆ ਉਹਨਾਂ ਦੇ ਅੰਦਰ ਘਬਰਾਹਟ ਹੋਣੀ ਸੁਭਾਵਿਕ ਸੀ। ਪਰ ਉਸੇ ਟਾਈਮ ਬਾਬਾ ਹਰਨਾਮ ਸੋਹਣਾ ਨੇ ਇੱਕ ਸੇਵਾਦਾਰ ਪਿੱਛੇ ਭੇਜਿਆ ਬਾਬਾ ਨਾਮ ਸੋਹਣਾ ਦੇ ਕਿ ਜਦੋਂ ਖੂਹ 'ਚ ਛਾਲ ਮੰਨ ਕੇ ਉਦੋਂ ਸਾਡਾ ਹੁਕਮ ਸੁਣਾ ਦਿਓ। ਜਦੋਂ ਬਾਬਾ ਹਰਨਾਮ ਸਿੰਘ ਜੀ ਦਾ ਇਹ ਜਿਹੜਾ ਬਚਨ ਲੈ ਕੇ ਸੇਵਾਦਾਰ ਪਿੱਛੇ ਭੱਜਿਆ ਹੈਗਾ, ਇੱਧਰੋਂ ਸੰਤ ਬਾਬਾ ਨਾਮ ਸਿੰਘ ਹੁਣੇ ਵੀ ਖੂਹ ਦੀ ਮੌਣ ਦੇ ਉੱਤੇ ਚੜ੍ਹ ਗਏ ਸੀ ਅਤੇ ਜਦੋਂ ਉਹਨੇ ਪਿੱਛੋਂ ਜ਼ੋਰ ਦੀ ਆਵਾਜ਼ ਮਾਰੀ ਕਿ ਮਹਾਂਪੁਰਖਾਂ ਨੇ ਤੁਹਾਨੂੰ ਪਿੱਛੇ ਵਾਪਸ ਯਾਦ ਕੀਤਾ ਹੈਗਾ, ਬਸ ਫਿਰ ਕੀ ਸੀ, ਫਿਰ ਬਾਬਾ ਨਾਮ ਸੋਹਣੀ ਵਾਪਸ ਆਏ। ਜਦ ਵਾਪਸ ਆਏ ਤਾਂ ਬਾਬਾ ਨਾਮ ਸੋਹਣੀ ਜਦੋਂ ਉੱਥੇ ਅਸਥਾਨ 'ਤੇ ਪਹੁੰਚੇ ਆ ਤਾਂ ਸੰਤ ਹਰਨਾਮ ਸੋਹਣੀ ਕਹਿਣ ਲੱਗੇ ਕਹਿੰਦੇ ਕਿ ਅੱਜ ਰਾਤ ਨੂੰ ਹੈ ਨਾ ਤੂੰ ਸਾਡੇ ਜਿੱਥੇ ਅਸੀਂ ਬੰਦਗੀ ਕਰਦੇ ਹਾਂ ਉਸ ਅਸਥਾਨ 'ਤੇ ਪਹੁੰਚ ਜਾਓ। ਬਾਬਾ ਨਾਮ ਸੋਹਣੀ ਜਦ ਰਾਤ ਹੋਈ ਆ ਬਾਬਾ ਹਰਨਾਮ ਸੋਹਣਾ ਦੇ ਅਸਥਾਨ 'ਤੇ ਪਹੁੰਚੇ ਆ ਅਤੇ ਬਾਬਾ ਹਰਨਾਮ ਸੋਹਣਾ ਨੇ ਫਿਰ ਬਾਬਾ ਨਾਮ ਸੋਹਣਾ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ। ਕਲਾਵੇ 'ਚ ਕਿਆ ਕਾਹਦਾ ਲਿਆ ਹੈਗਾ, ਜਿਵੇਂ ਕਹਿੰਦੇ ਹੁੰਦੇ ਪਾਰਸ ਜਿਹੜਾ ਹੈ ਨਾ ਧੰਤਾਂ ਨੂੰ ਛੋਹ ਦਿੰਦਾ, ਬਸ ਪ੍ਰਕਾਸ਼ ਹੀ ਪ੍ਰਕਾਸ਼ ਹੋਇਆ, ਲੱਖ ਖੁਸ਼ੀਆਂ ਲੱਖ ਪਾਤਸ਼ਾਹੀਆਂ ਜਾਂ ਸਤਿਗੁਰ ਨਦਰ ਕਰੇ, ਐਸੀ ਅਵਸਥਾ ਬਣ ਗਈ ਉਸ ਟਾਈਮ ਬਾਬਾ ਨਾਮ ਸੋਹਣਾ ਦੀ। ਬਸ ਫਿਰ ਉਸੇ ਟਾਈਮ 33 ਕਰੋੜ ਦੇਵੀ ਦੇਵਤੇ ਵੀ ਜਿਹੜੇ ਸੀਗੇ ਇਹ ਪ੍ਰਗਟ ਹੋ ਗਏ ਅਤੇ ਬਾਬਾ ਹਰਨਾਮ ਸੋਹਣਾ ਨੇ ਫਿਰ ਬਾਬਾ ਨਾਮ ਸੋਹਣਾ ਨੂੰ ਕਹਿਤਾ ਕਹਿੰਦੇ 33 ਕਰੋੜ ਦੇਵੀ ਦੇਵਤੇ ਹਨ, ਇਹ ਇਸ ਚੀਜ਼ ਦੀ ਗਵਾਹੀ ਆ ਕਿ ਤੈਨੂੰ ਪਰਮੇਸ਼ਰ ਦਾ ਮਿਲਾਪ ਹੋਇਆ ਹੈ। ਜਦ ਇੰਨੇ ਬਚਨ ਬਾਬਾ ਹਰਨਾਮ ਸੋਹਣਾ ਨੇ ਕਹੇ ਤਾਂ ਬਾਬਾ ਨਾਮ ਸੋਹਣੇ ਕੀ ਤੱਕਿਆ ਕਿ ਬਾਬਾ ਹਰਨਾਮ ਸੋਹਣਾ ਦਾ ਰੂਪ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਹੈ। ਬਸ ਜਦੋਂ ਮਹਾਂਪੁਰਖਾਂ ਦਾ ਇਹ ਸਰੂਪ ਦੇਖਿਆ ਬਾਬਾ ਨਾਮ ਸੋਹਣੇ, ਫਿਰ ਉਸੇ ਟਾਈਮ ਮੁੱਖ ਤੋਂ ਧੰਨ 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 ਗੁਰੂ ਨਾਨਕ ਨਿਕਲਿਆ ਹੈਗਾ ਕਿ ਕਰਨ ਕਰਨ ਸਮਰੱਥ ਹੈ, ਸਾਰੀ ਇਹ ਖੇਡ ਜੋ ਹੈ ਇਹ ਵਾਹਿਗੁਰੂ ਸਭ ਤੇਰੀ ਹੈਗੀ ਆ, ਮੈਂ ਕੌਣ ਹੁੰਦਾ ਹਾਂ। ਬਸ ਗੱਲ ਕੀ ਆ, ਉਸੇ ਟਾਈਮ ਫਿਰ ਬਾਬਾ ਹਰਨਾਮ ਸੋਹਣੇ ਨੇ ਸੰਤ ਬਾਬਾ ਨਾਮ ਸੋਹਣਾ 'ਤੇ ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਉਹ ਤਲਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਦੇ ਭਗਵੰਤ, ਭਾਵ ਕੀ ਹੈ ਕਿ ਬਾਬਾ ਨਾਮ ਸਿੰਘ ਦੀ ਫਿਰ ਜੈ ਜੈਕਾਰ ਜਿਹੜੀ ਹੈ ਇੱਥੋਂ ਹੀ ਸ਼ੁਰੂ ਹੋਈ ਹੈ। ਸੋ ਇੰਨੇ ਵਜਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।